ਆਮ ਲੋਕ ਆਪਣੇ 5% ਲੋਕ ਹੈਗੇ ਆ ਉਹਨਾਂ ਨੇ ਵੀ ਜਿਹੜੇ ਗਧੇ ਦੀ ਪੂਛ ਫੜ ਲਈ ਉਹ ਭਾਵੇਂ ਟੀਟਨੇ ਮਾਰੀ ਜਾਵੇ ਅਸੀਂ ਛੱਡਣੀ ਨਹੀਂ ਠੀਕ ਹੈ ਤੇ ਉਹੀ ਹੁਣ ਇਹੇ ਹਾਲਾਤ ਆ ਵੀ ਜਿਨ੍ਹਾਂ ਨੇ 5-4 ਸਾਲਾਂ ਦੀ ਇਸ ਝਾੜੂ ਵਾਲੇ ਗਧੇ ਦੀ ਪੂਛ ਫੜੀ ਆ ਉਹ ਕਹਿੰਦੇ ਵੀ ਟੀਟਨੇ ਮਾਰੀ ਜਾਵੇ ਕੋਈ ਗੱਲ ਨਹੀਂ ਪਰ ਲੋਕਾਂ ਨੂੰ ਤਾਂ ਅਸੀਂ ਇਹੀ ਵਿਖਾਉਣਾ ਵੀ ਇਹ ਗਧੇ ਦੇ ਮਾਲਕ ਅਸੀਂ ਆ ਬਸ ਉਹ ਹਾਲਾਤ ਆ ਇਹਨਾਂ ਨੂੰ ਹੋਰ ਕੋਈ ਨਹੀਂ ਤੇ ਜਾਂ ਐਡਵਰਟਾਈਜ਼ਮੈਂਟ ਆ ਝੂਠੀਆਂ ਮਸ਼ਹੂਰੀਆਂ ਬਸ ਦੋ ਹੀ ਹਾਲਾਤ ਹੋ ਸਕਦੇ ਆ ਹੋਰ ਕੋਈ ਨਹੀਂ ਮੈਂ ਤਾਂ ਨਹੀਂ ਮੰਨਦਾ ਵੀ ਪਾਣੀ ਵਾਧੂ ਆ ਨਹਿਰੀ ਪਾਣੀ ਵਾਧੂ ਆ ਤੇ ਜਾਂ ਬਿਜਲੀ ਵਾਧੂ ਆ ਅੱਛਾ ਪਾਣੀ ਜਿਵੇਂ ਤੁਸੀਂ ਕਹਿਆ ਵੀ ਕੱਸੀ ਆ ਆਪਾਂ ਦੇਖ ਰਹੇ ਆ ਖਾਲੀ ਐ ਝੋਨੇ ਦਾ ਕਿੰਨਾ ਕ ਨੁਕਸਾਨ ਹੋ ਰਿਹਾ ਝੋਨੇ ਦਾ ਤੁਸੀਂ ਦੇਖੋ ਜਾ ਕੇ ਜੀ ਹਾਂ ਝਾੜ ਵੇਲੇ ਵੇਖ ਲਿਓ ਇਹਦੋਂ ਪਹਿਲਾਂ ਹੁਣ ਕੀ ਹਾਲਾਤ ਦੱਸਿਓ ਇੱਥੇ ਵੀ ਸਾਡੇ ਏਰੀਆ ਨਰਮੇ ਦਾ ਏਰੀਆ ਇਹ ਠੀਕ ਐ ਜਦੋਂ ਇਸ ਸਰਕਾਰ ਨੇ ਕਿਹਾ ਵੀ ਨਹਿਰੀ ਪਾਣੀ ਵਾਧੂ ਰਹੂ ਬਿਜਲੀ ਵਾਧੂ ਰਹੂ ਤੇ ਸਾਡੇ ਏਰੀਆ ਚ ਲੋਕਾਂ ਨੇ ਨਰਮੇ ਵੀਜੇ ਨਹੀਂ ਕਿਉਂਕਿ ਤਿੰਨ ਸਾਲ ਹੋ ਗਏ ਸਾਡੇ ਪਹਿਲਾਂ ਗੁਲਾਬੀ ਸੁੰਡੀ ਨੇ ਨਰਮਾ ਮਾਰਤਾ ਹਾਂ ਫਿਰ ਹੜ੍ਹਾਂ ਨੇ ਮਾਰਤਾ ਠੀਕ ਹੈ ਤੇ ਇੱਕ ਵਾਰੀ ਸੋਕੇ ਨੇ ਮਾਰਤਾ ਵੀ بارش ਬਿਲਕੁਲ ਨਹੀਂ ਆਈ ਪਾਣੀ ਨਹੀਂ ਆਇਆ ਤਾਂ ਵੀ ਮਰ ਗਿਆ ਤੇ ਜਿਨ੍ਹਾਂ ਦੇ ਬੋਰਾ ਦਾ ਇੰਤਜ਼ਾਮ ਸੀ ਉਹ ਤੇ ਝੋਨਾ ਹੀ ਲਾਉਂਦੇ ਹੋ ਗਿਆ ਹੂੰ ਸੋ ਉਹਨਾਂ ਲੋਕਾਂ ਨੇ ਇੱਥੇ ਕਿ ਸੁੱਖ ਦਾ ਸਾਹ ਲਿਆ ਵੀ ਚਲੋ ਮਾਨ ਸਰਕਾਰ ਕਹਿ ਰਹੀ ਹੈ ਵੀ ਪਾਣੀ ਵਧੂ ਰੋ ਬਿਜਲੀ ਵਧੂ ਰੋ ਤੇ ਉਹਨਾਂ ਨੇ ਇੱਥੇ ਝੋਨੇ ਲਾ ਲਏ ਹੂੰ ਨਾ ਤਾਂ ਪਿਛਲੇ ਹੜ੍ਹਾਂ ਵੇਲੇ ਜਿਹੜਾ ਇੱਥੇ ਭਗਵੰਤ ਮਾਨ ਐਲਾਨ ਕਰਕੇ ਗਿਆ ਸੀ ਵੀ ਅਸੀਂ ਵੱਧ ਤੋਂ ਵੱਧ ਤੁਹਾਨੂੰ ਮੁਆਵਜ਼ਾ ਦੇਵਾਂਗੇ ਜਿੰਨਾ ਤੁਹਾਡਾ ਨੁਕਸਾਨ ਹੋ ਗਿਆ ਇੱਕ ਪੈਸਾ ਵੀ ਕਿਸੇ ਜ਼ਿੰਮੇਵਾਰ ਦੇ ਖਾਤੇ ਆਇਆ ਹੋਵੇ ਸਬੂਤ ਦੇ ਦੇਣਾ ਮੈਂ ਚੌਂਕ 'ਚ ਬਹਿ ਜੂ ਮੇਰੇ ਸਿਰ 'ਚ ਜੁੱਤੀਆਂ ਮਾਰ ਲੈਣੇ ਇਹ ਇਹ ਐਡਾ ਵੱਡਾ ਝੂਠ ਹੈ ਇਸ ਏਰੀਆ 'ਚ ਮਲੋਟ ਏਰੀਆ 'ਚ ਮਾਰ ਕੇ ਗਏ ਆ ਖਰਾਬੇ ਦਾ ਠੀਕ ਹੈ ਤੇ ਉਹੀ ਹਾਲਾਤ ਹੋਣਾ ਤੁਸੀਂ ਜਾ ਕੇ ਦੇਖੋਗੇ ਜਿੰਨਾ ਵਿਚਾਰਿਆਂ ਨੇ ਇਹਨਾਂ ਦੀ ਫੂਕ ਚਾ ਕੇ ਨਰਮੇ ਵਿਜੇ ਨਹੀਂ ਤੇ ਝੋਨੇ ਲਾ ਲਏ ਉਹਨਾਂ ਦੇ ਹਾਲਾਤ ਹਜੇ 10-20 ਦਿਨਾਂ ਨੂੰ ਹੋਰ ਤੁਸੀਂ ਦੇਖੋਗੇ ਉਹ ਇਨਾਂ ਦੁਖੀ ਕਿਸਾਨ ਹੋਣਗੇ ਵੀ ਖੁਦਕੁਸ਼ੀਆਂ ਦੇ ਦੌਰ ਵੀ ਇਸ ਏਰੀਆ ਚ ਵਧੂਗਾ ਅੱਗੇ ਨਾਲ ਵਧੂਗਾ ਮਤਲਬ ਇਹ ਕਹਿੰਦਾ ਮਤਲਬ ਵੀ ਕੁਝ ਗੱਲਾਂ ਸੋਸ਼ਲ ਮੀਡੀਆ ਤੇ ਹੁੰਦੀਆਂ ਜ਼ਮੀਨ ਤੇ ਨਹੀਂ ਹੁੰਦੀਆਂ ਨਹੀਂ ਜੀ ਨਹੀਂ 100% ਨਹੀਂ ਕੋਈ ਕੁਝ ਨਹੀਂ ਜੀ ਮੈਂ ਤਾਂ ਇਹ ਜਿਵੇਂ ਹੁਣ ਮੈਂ ਮਾਸਟਰਾਂ ਦੀ ਵੀ ਇੱਕ ਵੀਡੀਓ ਵੇਖੀ ਉਹਨਾਂ ਦੇ ਵਿਚਾਰਿਆਂ ਦੇ ਜੁੱਤੀਆਂ ਪਈ ਜਾਂਦੀਆਂ ਘੜੀਸੀ ਜਾਂਦੇ ਉਹਨਾਂ ਨੂੰ ਜੀ ਤੇ ਉਦੋਂ ਇੱਕ ਦਿਨ ਪਹਿਲਾਂ ਵੀਡੀਓ ਆ ਗਈ ਆ ਭਗਵੰਤ ਮਾਨ ਮੈਡਮਾਂ ਦੇ ਮੂੰਹ ਚ ਬਰਫੀ ਪਾਈ ਜਾਂਦਾ ਵੀ ਤੁਸੀਂ ਭਾਈ ਪੱਕੀਆਂ ਹੋ ਗਈਆਂ ਵਧਾਈਆਂ ਤੁਹਾਨੂੰ ਹਾਂ ਤੇ ਅਗਲੇ ਦਿਨ ਉਹਨਾਂ ਦੇ ਜੁੱਤੀਆਂ ਪਈ ਜਾਂਦੀਆਂ ਉਹ ਵੇਖ ਕੇ ਤਾਂ ਲੱਗਦਾ ਵੀ ਕੁਝ ਨਹੀਂ ਮੈਂ ਤਾਂ 100% ਇਹ ਝੂਠਾਂ ਦੀ ਸਰਕਾਰ ਲੱਗਦੀ ਹੈ ਨਹੀਂ ਤੁਸੀਂ ਕਈ ਵਾਰ ਇਹ ਵੀ ਹੁੰਦਾ ਕੋਈ ਜਾਣ ਬੁੱਝ ਕੇ ਤਾਂ ਨਹੀਂ ਤੁਸੀਂ ਇਹ ਗੱਲ ਕਹਿ ਰਹੇ ਕੋਈ ਯੂਨੀਅਨ ਦੇ ਆਗੂ ਕਰਕੇ ਜਾਂ ਯੂਨੀਅਨ ਨਾਲ ਸੰਬੰਧ ਕਰਕੇ ਜਾਂ ਕੋਈ ਭਗਵਾਨਤਮਾਨ ਨਾਲ ਵਿਰੋਧਤਾ ਹੋਵੇ ਇਸੇ ਕਰਕੇ ਆ ਗੱਲਾਂ ਕਰ ਰਹੇ ਹਾਂ ਉਂ ਲੋਕ ਖੁਸ਼ਵਾਲ ਹੋਣ ਮੈਂ ਪਹਿਲਾਂ ਤਾਂ ਮੇਰੇ ਫੇਸਬੁੱਕ ਬਰਜੀਤ ਮਾਨ ਦੇ ਨਾਮ ਤੇ ਮੇਰਾ ਫੇਸਬੁੱਕ ਆਈਡੀ ਬਣੀ ਵੀ ਆ ਉਹ ਤੇ ਅੱਜ ਤੋਂ ਸਾਲ ਪਹਿਲਾਂ ਦੀਆਂ ਵੀਡੀਓ ਦੇਖ ਲਿਓ ਜੇ ਵੀ ਮੈਂ ਤਾਂ ਇਹਦਾ ਉਹੀ ਗਧੇ ਵਾਲੀ ਪੂਛ ਮੈਂ ਵੀ ਫੜੀ ਵੀ ਸੀ ਵੀ ਯਾਰ ਉਹ 70 ਸਾਲ ਤੋਂ ਲੁੱਟੀ ਜਾਂਦੇ ਆਪਾਂ ਇੱਧਰ ਨੂੰ ਹੋਈਏ ਹਾਂ ਉਹ ਵੇਖੋ ਦੂਜੇ ਹਾਲਾਤ ਤੁਸੀਂ ਮੌਕੇ ਤੇ ਜਿੱਥੇ ਆਪਾਂ ਖੜੇ ਆ ਹਾਂ ਉਹ ਵੇਖਣਾ ਇਹਨਾਂ ਦੀ ਸਰਕਾਰ ਵੈਸੇ ਬਹੁਤ ਵਧੀਆ ਭਗਵੰਤ ਮਾਨ ਖੁਦ ਵੀ ਤੇ ਆਂ ਵੀ ਸੋਸ਼ਲ ਮੀਡੀਆ ਤੇ ਲਾਈਵ ਹੋ ਜਾਂਦੇ ਜੀ ਆਹ ਦੇਖੋ ਪੰਜਾਬ ਦੀ ਲੁੱਟ ਹੋ ਰਹੀ ਆ ਅਸੀਂ ਚੰਨੀ ਤੋਂ ਬਚਾਤਾ ਅਸੀਂ ਬਾਦਲ ਤੋਂ ਬਚਾਤਾ ਹਾਂ ਤੇ ਹਮ ਲੋਟ ਏਰੀਆ ਚ ਆ ਕੇ ਇਸ ਏਰੀਆ ਚ ਲਾਈਵ ਹੋ ਜਾਣ ਵੀ ਆਹ ਦੇਖੋ ਜੀ ਕਿਸਾਨ ਤਾਂ ਭੰਗੜੇ ਪਾਈ ਜਾਂਦੇ ਆ ਇਹ ਝੂਠ ਮਾਰਦੇ ਆ ਸਬੂਤ ਲੋਕਾਂ ਸਾਹਮਣੇ ਜਿਵੇਂ ਮਾਸਟਰਾਂ ਨੂੰ ਪੱਕੇ ਕਰਨ ਦਾ ਤੇ ਬਿਜਲੀ ਦਾ ਦੇ ਰਹੇ ਆ ਇਹ ਵੀ ਮਲੋਟ ਏਰੀਆ ਦਾ ਵੀ ਦੇ ਦੇਣ ਇਹ ਤਾਂ ਖੇਤਾਂ ਚ ਜਾਏ ਗਰਾਊਂਡ ਲੈਵਲ ਤੇ ਜਾਣਗੇ ਤਾਂ ਆਪੇ ਪਤਾ ਲੱਗ ਜੂ ਨਾ ਲੋਕਾਂ ਦਾ